ਸਸਕਾਬੀ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਆਸਲਪੁਰੇ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਪੱਟੀ। ਮੈਨੂੰ ਵੀਰੇ ਪਹਿਲੀ ਵੀਡੀਓ ਬਣਾਉਣ ਲੱਗੇ ਜੀ, ਆਪਾਂ ਕੋਈ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ ਆ ਜੀ। ਅਤੇ ਸੋਹਣੇ ਪਸ਼ੂ ਆ, ਜਿਹਨਾਂ ਵਿੱਚ ਇੱਕ ਨੀਲੀ ਦਾ ਵੀ ਬੜੀ ਟੌਪ ਦੀ ਝੋਟੀ ਸੇਲ ਹੈ ਜੀ। ਅਤੇ ਆਓ ਵੀਰ ਨੇ ਗੱਲਬਾਤ ਕਰੀਏ ਕਿ ਇਹਦਾ ਪ੍ਰਾਈਸ ਕੀ ਆ, ਕੀ ਮਿਲਕ ਰਿਕਾਰਡ ਆ। ਉਸ ਤੋਂ ਪਹਿਲਾਂ ਵੀਰ ਜੀ ਰਿਕੈਸਟਰਾਂ ਨੂੰ ਪਹਿਲਾਂ ਇੱਥੇ ਆ ਕੇ ਚਵਾਈ ਕਰੋ, ਪਾਸ ਕਰੋ, ਪੂਰੀ ਤਸੱਲੀਆਂ ਖਰੀਦੋ। ਵਾਹ ਬਾਬਾ ਜੀ, ਇਹੀ ਬੇਨਤੀ ਕਰਦੇ ਤੁਹਾਡੇ ਅੱਗੇ ਕਿ ਚਵਾਈ ਜ਼ਰੂਰ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ, ਫਿਰ ਅਗਾਂਹ ਕਿਸੇ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸੰਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਤੁਹਾਡਾ ਜੀ ਬਹੁਤ ਬਹੁਤ ਵੈਲਕਮ ਸਾਡੇ। ਹੋਰ ਸੁਣਾਓ ਜੀ। ਚਲੋ ਵਪਾਰ ਤਾਂ ਅਸੀਂ ਕਰਦੇ ਨੇ। ਨਹੀਂ ਨਹੀਂ ਵਪਾਰ ਨਹੀਂ ਕਰਦੇ, ਘਰ ਦੇ ਪਸ਼ੂ। ਘਰ ਦੇ ਪਸ਼ੂ ਤੇ ਦੋਵੇਂ ਜੀ, ਇੱਕ ਨੀਲੀ ਝੋਟੀ ਦੇ, ਦੋਵੇਂ ਇੱਕ ਨੀਲੀ ਝੋਟੀ ਦੇ ਗਾਂ। ਚਲੋ ਐਡਰੈਸ ਬੋਲੋ ਫਿਰ ਆਪਣਾ। ਨਾਮ ਤੁਹਾਡਾ ਜੀ? ਨਾਮ ਕੁਲਦੀਪ ਸਿੰਘ ਜੀ। ਹਾਂਜੀ। ਪਿੰਡ ਆਸਲਤਾੜ, ਠੀਕ ਆ, ਜਿਹੜਾ ਤਰਨਤਾਰਨ ਤਹਿਸੀਲ ਪੱਟੀ, ਠੀਕ ਆ। ਫੋਨ ਨੰਬਰ? ਫੋਨ ਨੰਬਰ 8198। ਹਾਂਜੀ। 2816। ਇੱਕ ਵਾਰ ਫੇਰ ਬੋਲੋ ਜੀ। 8198। ਹਾਂਜੀ। 2816 ਇਹੀ ਨੰਬਰ ਵਟਸਐਪ ਚੱਲਦਾ? ਹਾਂਜੀ, ਇਹ ਵਟਸਐਪ ਚੱਲਦਾ ਜੀ। ਇਹ ਸੂਈ ਹੈ ਜੀ ਝੋਟੀ? ਹਾਂਜੀ ਸੂਈ ਹੈ ਜੀ। ਸੂਆ ਕਿੰਨਾ ਭਾਅ ਜੀ? ਇਹ ਤੀਜੇ ਸੂਏ ਸੂਈ ਆ। ਹਾਂਜੀ। ਤੇ ਕਿੰਨਾ ਦੁੱਧ ਇਸ ਟਾਈਮ ਤਿਆਰ? ਜਿਹੜਾ ਇਸ ਟਾਈਮ 12 ਸਾਢੇ 12 ਕਿਲੋ ਤਿਆਰ ਆ। ਪਿਛਲੇ ਸੂਏ 16 ਲੀਟਰ ਸੀ ਇਹਦੇ ਥੱਲੇ। ਅੱਛਾ। ਕਹਿੰਦੀ ਜੀ ਮੈਨੇ ਤੇ ਨਹੀਂ, 10ਵਾਂ ਦਿਨ ਹੋਇਆ। 10ਵਾਂ ਦਿਨ ਹੋਇਆ। ਚਵਾ ਪਸਮਾ ਵਧੀਆ ਜੀ? ਚਵਾ ਪਸਮਾ ਵਧੀਆ, ਇੱਕ ਨੰਬਰ ਦਾ। ਖੋਲੋ ਫਿਰ ਦਿਖਾਈਏ। ਦੇਖੋ ਜੀ ਬਹੁਤ ਚੰਗੀ ਝੋਟੀ ਹੈ ਜੀ। ਦੇਖੋ ਤੁਹਾਨੂੰ ਪਤਾ ਆਸਲਾਂ ਦੇ ਸੰਦਰੋਂ ਨਾ ਹੀ ਵੇਖਦਾ, ਠੀਕ ਹੈ ਜੀ। ਇੰਨਾ ਕੁ ਮਤਲਬ ਰਵਾ ਇੱਧਰ ਦਾ ਚੰਗਾ। ਆਹ ਦੇਖੋ ਚਵਾ ਚੂ ਬਿਲਕੁਲ ਵਧੀਆ, ਕੱਟੀ ਕੱਟਾ ਜੀ। ਚਲੋ ਵੇਖੋ ਪੂਰਾ ਫਾਇਦਾ ਹੋ ਗਿਆ ਤੁਹਾਡਾ। ਲੇਵਾ ਦੇਖੋ ਘਰਾਂ ਦੀ। ਆ ਜਾਓ ਭਾਅ ਜੀ, ਆ ਜਾਓ, ਆ ਦੇਖ ਮਧਰੀ ਡੋਲੀ ਦੇ ਨਾਲੇ ਗੁਲਾਬੀ ਅੱਖ। ਘੁਮਾਓ ਭਾਅ ਜੀ, ਇੱਕ ਵਾਰੀ ਫਿਰ ਘੁਮਾਓ, ਐਂ ਘੁਮਾਓ ਮੈਡਮ, ਉੱਪਰ ਦੀ ਘੁਮਾਓ, ਮੂੰਹ ਮੂੰਹ ਦਿਖਾਓ ਚੰਗੀ ਤਰ੍ਹਾਂ ਦਾ। ਲਓ ਜੀ ਦੇਖੋ, ਚਲੋ ਲੈ ਚਲੋ, ਹੁਣ ਫਿਰ ਲੈ ਚਲੋ। ਸਾਰੀ ਨਿਸ਼ਾਨੀ ਏ ਟੂ ਜੈਡ ਆ, ਚੱਡੇ ਨਿਸ਼ਾਨ ਵੀ ਆ, ਠੀਕ ਆ। ਅਤੇ ਆਹ ਬੱਚਾ ਆ ਗਿਆ ਜੀ, ਕੱਟੀ ਆ ਗਈ, ਠੀਕ ਹੈ। ਚਲੋ ਹਾਂਜੀ ਬੋਲੋ ਭਾਅ ਜੀ, ਫਿਰ ਇਹਦੀ ਕੀਮਤ ਬੋਲੋ। ਰੇਟ ਤਾਂ ਸੰਦੀਪ ਵੀਰ ਕਰਦੇ ਆ 1,25,000। 1,25,000? ਹਾਂਜੀ। 1,10,000 ਚ? ਹਾਂ ਨਾ, ਯੈਸ। ਹੋਰ ਕਰ ਦੋਗੇ ਮਾਨ ਤਨ? ਆ ਮਾਨ ਤਨ ਇਹਦਾ ਹੋਰ ਕਰ ਦੋਗੇ, ਦੁੱਧ ਹਜੇ ਵਧੂਗੀ ਜਿੰਨਾ ਤੁਸੀਂ ਆਖੋ ਕਰ ਦਾਂਗੇ। ਪਹਿਲੀ ਵੀਡੀਓ ਜਿੰਨਾ ਆਪ ਹੋਊ ਉਹਨਾਂ ਕਰ ਦਾਂਗੇ। ਦੂਜੀ ਵੀਡੀਓ ਫਿਰ ਬਣਾਓਗੇ? ਹਾਂਜੀ, ਦੂਜੀ ਵੀਡੀਓ ਫਿਰ ਸ਼ੁਰੂ ਕਰੋਗੇ ਵਪਾਰ? ਹਾਂਜੀ। ਚਲੋ ਜਿੰਨਾ ਆਪ ਹੋਊ ਉਹਨਾਂ ਕਰ ਦਾਂਗੇ ਮਾਨ ਤਨ। ਮੈਂ ਕਿ ਤੁਹਾਨੂੰ ਕੀ ਕਹਾਂ? ਨਹੀਂ ਜਿੰਨਾ ਆਪ ਹੋਊ ਉਹਨਾਂ ਕਰ ਦਾਂਗੇ। ਛੱਡ ਦਿਓ ਫਿਰ 20,000 ਰੁਪਇਆ। ਹਾਂਜੀ 20,000 ਨਹੀਂ ਹੁੰਦਾ, ਛੱਡ ਦੋ। ਅੱਛਾ ਕਿੰਨੇ ਦੇ ਦਿਓ ਫਿਰ? ਪੂਰੇ ਲੱਖ ਦੇ ਦਿਓ। ਲੱਖ ਦੇ? ਚਲੋ ਹੋਰ ਕਰਦੇ ਮੌਕੇ ਦੇ ਮਾਨ ਤਨ। ਚਲੋ ਦੇਖੋ ਜੀ ਹੋਰ ਤੁਹਾਡਾ ਮੌਕੇ ਦੇ ਮਾਨ ਤਨ ਕਰ ਦੇਣਗੇ। ਆਹ ਚੈੱਕ ਕਰ ਲਓ ਤੇਰੇ ਖਾਣੇ ਬਸ, ਠੀਕ ਆ। ਗਾਂ ਵਾਲੇ ਪਾਸੇ ਆ ਜਾਓ ਜੀ। ਇਹ ਸੂਈ ਹੈ ਜੀ? ਹਾਂਜੀ ਸੂਈ ਹੈ ਜੀ। ਇਹਨੂੰ ਕਿੰਨਾ ਟਾਈਮ ਹੋ ਗਿਆ ਭਾਈ ਜੀ? ਦੁੱਧ ਕਿੰਨਾ ਇਸ ਟਾਈਮ? 13 ਕਿਲੋ ਪੱਕਾ? ਪੱਕਾ ਚਵਾਪ ਸੁਣਦੇ ਵਧੀਆ। ਦੇਖੋ ਸ਼ਾਹੀ ਵਾਲੇ ਵਿੱਚ ਵਹਿੜ ਆ ਗਈ ਜੀ। ਆ ਦੇਖੋ ਥਾਨ ਦੇਖੋ, ਬੱਛੀ ਕੇ ਬੱਛਿਆ ਜੀ? ਬੱਛੀ ਹੈ ਜੀ। ਚਲੋ ਇਹਦਾ ਵੀ ਪੂਰਾ ਫਾਇਦਾ, ਆ ਜਾਓ ਲਿਆਓ ਬੱਛੀ ਲਿਆਓ, ਭਰਾ ਜੀ ਇੱਕੋ ਘਰ ਹੀ ਲੈ ਜਾਏ ਦੋਵੇਂ, ਆ ਜਾਓ ਕਹਿੰਦੇ ਜੀ। ਹਾਂ ਬਸ ਠੀਕ ਹੈ, ਚਲੋ ਬੰਦ ਹੋ ਜਾਓ ਉੱਥੇ। ਆਹ ਦੇਖੋ ਇਹ ਆਹ ਵੱਛੀ ਆ ਗਈ, ਮੈਂ ਵੱਛੀ ਬੜੀ ਸੋਹਣੀ ਆ ਅਤੇ ਕੱਟੀ ਪਿੱਛੇ ਬਹੁਤ ਸੋਹਣੀ ਆ। ਬਾਈ ਜੀ ਫਿਰ ਇਹਦੀ ਕੀਮਤ? ਇਹਦੀ ਕੀਮਤ 45,000 ਜੀ। ਇਹਦੇ ਮਾਨ ਤਨ? ਮਾਨ ਤਨ 3,000 ਛੱਡ ਦਾਂਗੇ, 42,000 ਦੀ ਪੂਰੇ ਕਰ ਦੇ ਫਿਰ, ਵੇਖੀ ਦੇਵੋ ਪੂਰੇ 40 ਦੀ ਦੇ ਦਿਓ, 40 ਦੀ ਦੇ ਦਾਂਗੇ, ਦੇ 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 ਦਾਂਗੇ। ਚਲੋ ਦੇਖੋ ਜੀ ਦੋ ਪਸ਼ੂ ਆ ਜੀ, ਚੈੱਕ ਕਰਕੇ ਚੁਆਈ ਕਰਕੇ ਲੈ ਕੇ ਜਾਇਆ ਮੇਰਾ ਵੀਰ, ਪੂਰੀ ਤਸੱਲੀ ਨਾਲ, ਦੋਵੇਂ ਸੂਏ ਸੁਆਏ ਪਸ਼ੂ ਹੈ ਕਿ ਨਹੀਂ ਬਾਈ ਜੀ? ਆ ਪੂਰੀ ਤਸੱਲੀ ਨਾਲ ਲੈ ਕੇ ਜਾਇਆ ਨਹੀਂ? ਬਿਲਕੁਲ ਚੋਕੇ ਤਸੱਲੀ ਕਰਕੇ ਬੋਲੋ ਫਿਰ ਬਾਈ ਜੀ, ਨੰਬਰ ਬੋਲੋ। 8,988,2,816, ਠੀਕ ਆ। ਪਿੰਡ ਆਸਲਪੁਰੇ, ਪਿੰਡ ਆਸਲਤਾੜ, ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ, ਪੱਟੀ ਨੇੜੇ ਤੇੜੇ
ਖੇਮ ਕਰਨ ਪੂਰੇ ਖੇਮ ਕਰਨ ਕਈ ਇਲਾਕੇ ਆ ਗਏ ਹਾਂਜੀ ਅਸਲ ਪੂਰੇ ਨੀਲੀ ਦਾ ਵੀ ਮਸ਼ਹੂਰ ਹੈ ਮਸ਼ਹੂਰ ਆ ਹਾਂਜੀ ਚਲੋ ਬਾਕੀ ਹਿਸਟਰੀ ਫਿਰ ਕਿਤੇ ਪੁੱਛਾਂਗੇ ਦੂਜੀ ਵੀਡੀਓ ਪੁੱਛਾਂਗੇ ਤੁਹਾਡੀ ਹਿਸਟਰੀ ਠੀਕ ਹੈ ਜੀ ਠੀਕ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ